Ek Omkar Satnam Karta ਸੁਣਦਾ ਹੀ ਕੁਛ ਨਹੀਂ ਹੈ।
ਅੱਖਾਂ ਤੋਂ ਹੀਣ ਇਨਸਾਨ ਦੇ ਅੱਗੇ ਪੰਜਾਹ ਦੀਵੇ ਬਾਲਦੇ ਹੋ, ਉਹ ਫਿਰ ਹਨੇਰੇ ਵਿੱਚ ਰਹਿੰਦਾ। ਪਸ਼ੂਆਂ ਨੂੰ ਘਾਹ ਦੇ ਵਿੱਚ ਸੋਨਾ ਰਲਾ ਕੇ ਪਾ ਦੇਈਏ ਤਾਂ ਫਿਰ ਆਪਣੇ ਸੁਭਾਅ ਅਨੁਸਾਰ ਘਾਹ ਹੀ ਖਾਣਗੇ, ਸੋਨਾ ਛੱਡ ਦੇਣਗੇ। ਉੱਥੇ ਲੋਹਾ ਜੋ ਹੈ ਇਸਨੂੰ ਗਰਮ ਕਰਕੇ ਉੱਠ ਕੇ ਜਦੋਂ ਕੋਈ ਚੀਜ਼ ਬਣਾ ਲੈਂਦੇ ਹਨ ਤਾਂ ਫਿਰ ਇਹ ਲੋਹਾ ਉਸੇ ਤਰ੍ਹਾਂ ਹੀ ਸਖਤ ਹੋ ਜਾਂਦਾ ਹੈ। ਕਦੇ ਇਹ ਨਹੀਂ ਹੈ ਕਿ ਇਸਨੂੰ ਜੇ ਕਪਾਹ ਨੂੰ ਕੁੱਟੀਦਾ ਹੈ ਸ਼ੰਖ ਉਹਦੇ ਨਾਲ ਜਾਂ ਸ਼ੰਖ ਦੇ ਨਾਲ ਤਾਂ ਉਹ ਨਰਮ ਹੋ ਜਾਂਦੀ ਹੈ, ਵੇਲਣ ਦੇ ਯੋਗ ਹੋ ਜਾਂਦੀ ਹੈ। ਲੋਹਾ ਜਿਹੜਾ ਹੈ ਉਹ ਫਿਰ ਉਸੇ ਤਰ੍ਹਾਂ ਸਖਤ, ਇਹ ਆਪਣਾ ਸਵਾਦ ਹੀ ਛੱਡਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਿੰਨੀਆਂ ਉਦਾਹਰਣਾਂ ਮਹਾਰਾਜ ਦਿੱਤੀਆਂ ਹਨ, ਕਹਿੰਦੇ ਮੂਰਖ ਇਨਸਾਨ ਜਿਹੜਾ ਹੈ ਉਹਦਾ ਇਹ ਸਵਾਹ ਹੁੰਦਾ ਹੈ, ਉਹ ਕਿਸੇ ਦੀ ਪਹਿਲੀ ਗਲਤ ਗੱਲ ਮੰਨਦਾ ਹੀ ਨਹੀਂ ਹੈ। ਕਿੰਨੀਆਂ ਉਸਨੂੰ ਗਿਆਨ ਦੀਆਂ ਗੱਲਾਂ ਸਮਝਾਓ ਉਸਦੇ ਖਾਨੇ ਵਿੱਚ ਨਹੀਂ ਪੈਂਦੀਆਂ, ਫਿਰ ਜਦੋਂ ਬੋਲਦਾ ਹੀ ਹੈ ਤਾਂ ਫਿਰ ਉਹ ਕੋਈ ਨਾ ਕੋਈ ਨੁਕਸਾਨ ਹੀ ਕਰਦਾ ਹੈ। ਕੀ ਇਹ ਮੂਰਖ ਲੋਕ ਜਿਹੜੇ ਹਨ, ਅਜਿਹੇ ਸੁਭਾਅ ਵਾਲੇ ਜਿਹੜੇ ਹਨ, ਇਹਨਾਂ ਦਾ ਸੁਧਾਰ ਵੀ ਕੋਈ ਹੋ ਸਕਦਾ ਹੈ? ਤਾਂ ਮਹਾਰਾਜ ਨੇ ਅਗਲੇ ਸਲੋਕ ਵਿੱਚ ਗੱਲ ਸਮਝਾਇਆ ਕਿ ਜਿਵੇਂ ਕਹਿਣ ਦਾ ਭਾਂਡਾ ਜਾਂ ਕਹਿਣ ਦੀ ਕੁਰਕੀ ਟੁੱਟ ਜਾਵੇ, ਸੋਨਾ ਸੋਨੇ ਦੀ ਬਣੀ ਕੁਰਕੀ ਟੁੱਟ ਜਾਵੇ ਤਾਂ ਸੁਨਿਆਰੇ ਜਿਹੜੇ ਹਨ ਉਸਨੂੰ ਜੋੜ ਲਾ ਦਿੰਦੇ ਹਨ। ਇਸੇ ਤਰ੍ਹਾਂ ਹੀ ਜੇ ਇਸਤਰੀ ਅਤੇ ਪੁਰਸ਼ ਦੀ ਟੁੱਟ ਜਾਵੇ, ਭਾਵ ਆਪਸ ਅਣਬਣ ਹੋ ਜਾਵੇ, ਤਾਂ ਜਦੋਂ ਉਹਨਾਂ ਦੇ ਘਰ ਸੰਤਾਨ ਹੁੰਦੀ ਹੈ ਤਾਂ ਫਿਰ ਉਹਨਾਂ ਦਾ ਆਪਸ ਵਿੱਚ ਸੰਬੰਧ ਬਣ ਜਾਂਦਾ ਹੈ। ਜੇ ਰਾਜੇ ਨੂੰ ਖੁਸ਼ ਕਰਨਾ ਹੈ ਤਾਂ ਉਸਦਾ ਲਾਇਆ ਹੋਇਆ ਟੈਕਸ ਭਰਨਾ ਹੋਏਗਾ, ਨਹੀਂ ਤਾਂ ਨਾਰਾਜ਼ ਹੋਏਗਾ। ਭੁੱਖੇ ਆਦਮੀ ਨੂੰ ਰੋਟੀ ਚਾਹੀਦੀ ਹੈ, ਉਸਨੂੰ ਗੱਲਾਂ ਨਹੀਂ ਚਾਹੀਦੀਆਂ। ਇਸੇ ਹੀ ਤਰ੍ਹਾਂ ਜਦੋਂ ਕਾਲ ਪੈ ਜਾਂਦਾ ਹੈ ਤਾਂ ਬਹੁਤ ਮੀਂਹ ਪਵੇ, ਨਦੀਆਂ ਵਗਣ, ਤਾਂ ਉਹ ਕਾਲ ਜਿਹੜਾ ਹੈ ਉਸਦਾ ਅਸਰ ਖਤਮ ਹੁੰਦਾ ਹੈ। ਜੇ ਸੰਸਾਰ ਦੇ ਨਾਲ ਆਪਾਂ ਬਣਾ ਕੇ ਰੱਖਣੀ ਹੈ ਤਾਂ ਸਾਨੂੰ ਮੁੱਖੇ ਬੋਲ ਬੋਲਣੇ ਪੈਣਗੇ, ਪਿਆਰ ਨਾਲ ਹਰ ਇੱਕ ਨਾਲ ਗੱਲ ਕਰਨੀ ਪਵੇਗੀ। ਇਹ ਜੁੜਨ ਦਾ ਤਰੀਕਾ ਹੈ। ਜੇ ਮੂਰਖ ਆਦਮੀ ਵੀ ਆਹ ਗੁਣ ਧਾਰਨ ਕਰ ਲਵੇ ਤਾਂ ਉਹ ਵੀ ਜਿਹੜਾ ਹੈ ਸਿਆਣਾ ਬਣ ਸਕਦਾ ਹੈ। ਜੇ ਧਰਮ ਗ੍ਰੰਥ ਪੜ੍ਹਨੇ ਹਨ ਤਾਂ ਸੱਚ 'ਤੇ ਪਹਿਰਾ ਦੇਣਾ ਪਏਗਾ, ਨਹੀਂ ਤਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਮਰੇ ਹੋਏ ਆਦਮੀ ਦੀ ਜਾਤ ਸੰਸਾਰ 'ਚ ਤਾਂ ਰਹਿੰਦੀ ਹੈ ਜੇ ਉਹਨੇ ਆਪਣੇ ਜੀਵਨ ਦੇ ਵਿੱਚ ਕੋਈ ਨੇਕ ਕੰਮ ਕੀਤਾ ਹੈ, ਉਹ ਨੇਕ ਕੰਮ ਉਸਦੀ ਯਾਦ ਬਣਾ ਕੇ ਰੱਖਦਾ ਹੈ, ਦੁਨੀਆਂ ਯਾਦ ਕਰਦੀ ਹੈ। ਇਸ ਤਰ੍ਹਾਂ ਇਹ ਸੰਸਾਰ ਦਾ ਜਿਹੜਾ ਵਿਵਹਾਰ ਹੈ ਇੰਝ ਮੂਰਖ ਵੀ ਜੁੜ ਸਕਦਾ ਹੈ। ਪਰ ਜੇ ਮੂਰਖ ਬਿਲਕੁਲ ਹੀ ਨਾ ਸਮਝੇ ਔਰ ਸਗੋਂ ਉਲਟਾ ਸਾਡੀ ਬੇਇੱਜ਼ਤੀ ਕਰਨੀ ਚਾਹੇ, ਐਸਾ ਬੋਲੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜਦੋਂ ਬੋਲਦਾ ਹੈ ਉਹ ਕੁਛ ਨਾ ਕੁਛ ਨੁਕਸਾਨ ਹੀ ਕਰਦਾ ਹੈ, ਫਿਰ ਮਹਾਰਾਜ ਕਹਿੰਦੇ ਕਿ ਮੂਰਖ ਦੇ ਥੱਪੜ ਵੱਜੇ ਮੂੰਹ ਦਿੱਤੇ ਤਾਂ ਉਹ ਠੀਕ ਹੁੰਦਾ ਹੈ। ਜਿਵੇਂ ਸੋਨੇ ਅਤੇ ਕਹਿਣ ਦੀ ਚੀਜ਼ ਨੂੰ ਲੁਹਾਰ ਗੰਢ ਪਾ ਦਿੰਦਾ ਹੈ, ਸੁਨਿਆਰਾ ਗੰਢ ਪਾ ਦਿੰਦਾ ਹੈ, ਇਸੇ ਤਰ੍ਹਾਂ ਹੀ ਮੂਰਖ ਵੀ ਸੁਧਰ ਜਾਂਦਾ ਹੈ। ਇਹ ਸਾਰੇ ਵਿਚਾਰ ਦੱਸ ਕੇ ਮਹਾਰਾਜ ਨੇ ਕਿਹਾ ਹੈ ਕਿ ਸਿਰਤੀ ਗੰਢ ਪਾਵੇ ਦਰਬਾਰ। ਵਾਹਿਗੁਰੂ ਪਰਮੇਸ਼ਰ ਦੇ ਨਾਲ ਜੇ ਆਪਣਾ ਆਪ ਨੂੰ ਜੋੜਨਾ ਹੈ, ਉਹਦੇ ਨਾਲ ਸੰਬੰਧ ਬਣਾਉਣਾ ਹੈ, ਤਾਂ ਫਿਰ ਉਹਦੀਆਂ ਸਿਫਤਾਂ ਕਰਨੀਆਂ ਪੈਣਗੀਆਂ। ਸਿਫਤਾਂ ਵੀ ਜੇ ਸੰਗਤ 'ਚ ਬੈਠ ਕੇ ਕਰੇ ਜਾਂ ਸੁਣੇ ਤਾਂ ਇਹ ਸੌਖਾ ਕੰਮ ਹੈ। ਮਹਾਰਾਜ ਨੇ ਨਿਰਣਾ ਦਿੱਤਾ ਹੈ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮ ਕੇ ਕਰਮ, ਕਹੋ ਨਾਮ ਜਿਸ ਭਾਇਓ ਪ੍ਰਾਪਤ ਜਿਸ ਪੁਰਖ ਲਿਖੇ ਕਰਨ। ਭਾਵੇਂ ਇਕੱਲਾ ਵੀ ਬੈਠ ਕੇ ਇਨਸਾਨ ਰੱਬ ਦੀਆਂ ਸਿਫਤਾਂ ਕਰ ਸਕਦਾ ਹੈ, ਪਰ ਜਿਹੜਾ ਸੰਗਤ ਦੇ ਵਿੱਚ ਬੈਠ ਕੇ ਰੱਬ ਦੀਆਂ ਸਿਫਤਾਂ ਕਰਨੀਆਂ ਜਾਂ ਸੁਣਨੀਆਂ ਹਨ, ਇਹਦੇ ਨਾਲ ਛੇਤੀ ਹੁੰਦੀ ਹੈ, ਜ਼ਿਆਦਾ ਲਾਹਾ ਪੈਂਦਾ ਹੈ। ਸੋ ਇਸੇ ਹੀ ਤਰ੍ਹਾਂ ਮਹਾਰਾਜ ਦੱਸ ਰਹੇ ਸਨ
ਕਿ ਵਾਹਿਗੁਰੂ ਪਰਮੇਸ਼ਰ ਦੀ ਇਹ ਖੇਡ ਹੈ, ਉਹਨੇ ਆਪ ਹੀ ਖੋਟੇ ਅਤੇ ਖਰੇ ਪੈਦਾ ਕੀਤੇ ਹਨ। ਕਿਸੇ ਨੂੰ ਕਿਸੇ ਕਾਰੇ ਲਾਇਆ ਹੈ, ਕਿਸੇ ਨੂੰ ਕਿਸੇ ਕਾਰੇ ਲਾਇਆ ਹੈ, ਪਰ ਅਖੀਰ ਹਰ ਇਨਸਾਨ ਦੀ ਜੋ ਜੀਵਨ ਦੇ ਜੋ ਉਹਨੇ ਕੀਤਾ ਹੈ ਉਹਨਾਂ ਕੰਮਾਂ ਨੂੰ ਜ਼ਰੂਰ ਵਾਜਦਾ ਹੈ। ਜਿਹਨੇ ਤਾਂ ਵਾਹਿਗੁਰੂ ਦੀ ਰਜ਼ਾ 'ਚ ਰਹਿੰਦਿਆਂ ਹੈ ਨੇਕ ਕੰਮ ਕੀਤੇ ਹਨ, ਉਹ ਖਰਿਆਂ ਵਿੱਚ ਪ੍ਰਵਾਨ ਹੋ ਜਾਂਦਾ ਹੈ, ਖਰਾ ਹੈ। ਜਿਹਨੇ ਨਹੀਂ ਕੀਤਾ, ਮਨਮਾਨੀਆਂ ਕੀਤੀਆਂ, ਉਹ ਖੋਟਾ ਹੈ, ਖੋਟੇ ਨੂੰ ਚੁੱਕ ਕੇ ਬਾਹਰ ਸੁੱਟ ਦਿੰਦਾ ਹੈ, ਖਰੇ ਨੂੰ ਦਰ 'ਤੇ ਪ੍ਰਵਾਨ ਕਰ ਦਿੰਦਾ ਹੈ। ਹੁਣ ਖੋਟਿਆਂ ਦਾ ਵੀ ਭਲਾ ਹੋ ਸਕਦਾ ਹੈ ਕਿ ਨਹੀਂ? ਮਾਰੇ ਕਹਿੰਦੇ ਹਾਂ, ਹੋ ਸਕਦਾ ਹੈ ਜੋ ਸਤਿਗੁਰੂ ਵੱਲ ਨੂੰ ਤੁਰਨ, ਸਤਿਗੁਰੂ ਦਾ ਆਸਰਾ ਲੈਣ, ਤਾਂ ਸਤਿਗੁਰੂ ਆਪਣੇ ਸ਼ਬਦ ਦੇ ਨਾਲ, ਉਪਦੇਸ਼ ਦੇ ਨਾਲ ਖੋਟਿਆਂ ਨੂੰ ਵੀ ਖਰੇ ਕਰ ਦਿੰਦਾ, ਉਹਨਾਂ ਦਾ ਵੀ ਜੀਵਨ ਸਵਾਰਦਾ, ਮੂਰਖਾਂ ਨੂੰ ਵੀ ਮਾਰਾ ਗਿਆਨੀ ਬਣਾ ਦਿੰਦਾ। ਵਾਹਿਗੁਰੂ ਪਰਮੇਸ਼ਰ ਦੇ ਦਰ 'ਤੇ ਅਜਿਹੇ ਲੋਕ ਪ੍ਰਵਾਨ ਹੁੰਦੇ ਹਨ, ਉਹਨਾਂ ਦੀ ਵਡਿਆਈ ਕਹਿੰਦੇ ਕੀ ਕਰੀਏ, ਜਿਹਨਾਂ ਨੂੰ ਬਖਸ਼ਣਹਾਰ ਵਾਹਿਗੁਰੂ ਨੇ ਬਖਸ਼ ਦਿੱਤਾ, ਆਪਣੇ ਦਰ 'ਤੇ ਪ੍ਰਵਾਨ ਕਰ ਲਿਆ ਗੁਰੂ ਦੇ ਨਾਲ ਜੋੜ ਕੇ, ਉਹਨਾਂ ਦੀ ਕੋਈ ਚੰਗਿਆਈ ਬੁਰਾਈ ਦਾ ਕੋਈ ਲੇਖਾ ਜੋਖਾ ਨਹੀਂ ਕਰ ਸਕਦਾ। ਇਹ ਉਪਦੇਸ਼ ਆਪਾਂ ਕੱਲ੍ਹ ਸਰਵਣ ਕੀਤਾ ਸੀ, ਅੱਜ ਬਖਸ਼ਿਸ਼ ਕਰ ਰਹੇ ਹਨ। ਇਹ ਜਿਹੜੇ ਸਲੋਕ ਇਸ ਪੌੜੀ ਦੇ ਨਾਲ ਆਏ ਹਨ, ਇਹ ਸਾਰੇ ਹੀ ਫਾਰਸੀ ਅਰਬੀ ਭਾਸ਼ਾ ਦੇ ਹਨ। ਗੁਰੂ ਮਹਾਰਾਜ ਕਿਉਂਕਿ ਵੱਖਰੇ ਵੱਖਰੇ ਦੇਸ਼ਾਂ ਵਿੱਚ ਗਏ ਅਤੇ ਜਿੱਥੇ ਜਾਂਦੇ ਸਨ ਉਹੋ ਜਿਹੀ ਬੋਲੀ ਦੇ ਵਿੱਚ ਗੱਲ ਕਰਨੀ ਜ਼ਰੂਰੀ ਸੀ, ਨਹੀਂ ਤਾਂ ਉਹਨਾਂ ਲੋਕਾਂ ਨੂੰ ਕੀ ਸਮਝ ਆ ਸਕਦੀ ਸੀ? ਜਿਵੇਂ ਯੋਗੀਆਂ ਦੇ ਨਾਲ ਯੋਗੀਆਂ ਦੇ ਕੋਲ ਗਏ ਤਾਂ ਉਹਨਾਂ ਨਾਲ ਵਾਹ ਪਿਆ, ਤਾਂ ਉੱਥੇ ਉਹਨਾਂ ਦੇ ਨਾਲ ਉਹ ਵੀ ਗੱਲ ਕੀਤੀ ਹੈ। ਜੇ ਪੰਡਤਾਂ ਦੇ ਕੋਲ ਗਏ ਹਨ ਤਾਂ ਪੰਡਿਤ ਜਿਹੜੇ ਸਨ ਸੈਸਕ੍ਰਿਤੀ ਵਿੱਚ ਗੱਲਾਂ ਕਰਦੇ ਸਨ, ਉਹਨਾਂ ਦੀ ਭਾਸ਼ਾ ਸੈਸਕ੍ਰਿਤੀ ਸੀ, ਉੱਥੇ ਫਿਰ ਸੈਸਕ੍ਰਿਤੀ ਵੀ ਮਹਾਰਾਜ ਨੇ ਵਰਤੀ ਹੈ, ਸੰਸਕ੍ਰਿਤ ਵੀ ਵਰਤੀ ਹੈ ਮਹਾਰਾਜ। ਸੰਸਕ੍ਰਿਤ ਅਤੇ ਸੈਸਕ੍ਰਿਤੀ ਦੋਨੋਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਹਨ। ਸੋ ਸੰਸਕ੍ਰਿਤ ਵੀ ਮਹਾਰਾਜ ਨੇ ਵਰਤੀ ਹੈ, ਉੱਥੇ ਸੰਸਕ੍ਰਿਤ ਦੇ ਸ਼ਬਦ ਵੀ ਆਏ ਹਨ। ਸੋ ਇਸੇ ਤਰ੍ਹਾਂ ਜਦੋਂ ਪੀਰਾਂ ਨੂੰ ਮਿਲੇ ਹਨ ਤਾਂ ਪੀਰ ਜਿਹੜੇ ਸਨ ਮੁਸਲਮਾਨ ਲੋਕ ਜਿਹੜੇ ਸਨ, ਇਹਨਾਂ ਦੀ ਭਾਸ਼ਾ ਹੀ ਜਿਹੜੀ ਸੀ ਫਾਰਸੀ ਸੀ। ਸੋ ਫਾਰਸੀ ਜਿਹੜੀ ਹੈ ਅਰਬੀ ਭਾਸ਼ਾ ਇਸਨੂੰ ਕਿਹਾ ਜਾਂਦਾ ਹੈ, ਜਿਵੇਂ ਹਿੰਦੀ ਸੰਸਕ੍ਰਿਤ ਵਿੱਚੋਂ ਨਿਕਲੀ ਹੈ, ਇਸੇ ਤਰ੍ਹਾਂ ਹੀ ਇਹ ਭਾਸ਼ਾ ਜਿਹੜੀ ਹੈ ਇਹ ਅਰਬੀ ਭਾਸ਼ਾ ਦੇ ਵਿੱਚ ਨਿਕਲੀ। ਮਾਰੇ ਬਖਸ਼ਿਸ਼ ਕਰ ਰਹੇ ਹਨ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਸਲੋਕਾਂ ਹਮ ਜੇਬ, ਇਹ ਜੇਬ ਨਹੀਂ ਕਹਿਣਾ ਹੈ, ਜੇਬ ਪੰਜਾਬੀ ਦਾ ਸ਼ਬਦ ਹੈ, ਜਿਵੇਂ ਮੱਝਾਂ ਦੀ ਗਊਆਂ ਦੀ ਜੇਬ ਹੁੰਦੀ ਹੈ, ਇਹ ਜੇਬ ਬਿੰਦੀ ਦੇ ਨਾਲ ਜਿਹੜਾ ਚਾਰਨ ਹੋਇਆ ਜੇਬ। ਹਮ ਦਾ ਅਰਥ ਹੈ ਸਾਰੀ ਹੀ, ਜੇਬ ਦਾ ਅਰਥ ਹੈ ਥਲੇ, ਜਿਵੇਂ ਜ਼ਮੀਨ ਨੂੰ ਕਹਿੰਦੇ ਹਨ। ਦੁਨੀਆ ਪੀਰਾ, ਦੁਨੀਆ ਪੀਰਾ ਮਸ਼ਾਇਕ ਆ, ਮਸ਼ਾਇਕ ਹੁੰਦਾ ਹੈ ਜੋ ਸ਼ੇਖ ਹੁੰਦਾ ਹੈ, ਸੇਖ ਨਹੀਂ ਹੁੰਦਾ ਹੈ, ਸ਼ੇਖ ਸ਼ੇਖ ਹੁੰਦਾ ਹੈ ਮੁਸਲਮਾਨਾਂ ਦੇ ਵਿੱਚ, ਇੱਕ ਅਹੁਦਾ ਹੈ, ਰਾਇਆ ਵੀ ਅਹੁਦਾ ਹੈ। ਮਾਰੇ ਕਹਿੰਦੇ ਕਿ ਇਸ ਦੁਨੀਆ 'ਚ ਧਿਆਨ ਮਾਰ ਕੇ ਵੇਖ ਲਓ, ਚਾਹੇ ਕੋਈ ਪੀਰ ਹੈ, ਚਾਹੇ ਕੋਈ ਸ਼ੇਖ ਹੈ, ਮਸ਼ਾਇਕ ਦਾ ਮਤਲਬ ਜਾਂ ਸ਼ੇਖ ਹੈ, ਸ਼ੇਖ ਜੇ ਪੀਰ ਹੈ ਨਾ, ਕੇਵਲ ਨਿਰੋਲ ਧਾਰਮਿਕ ਬੰਦਾ ਹੁੰਦਾ ਹੈ, ਜਾਂ ਸ਼ੇਖ ਹੁੰਦਾ ਹੈ ਇਹ ਧਾਰਮਿਕ ਵੀ ਬੰਦਾ ਹੁੰਦਾ ਹੈ, ਨਾਲ ਨਾਲ ਸਿਆਸੀ ਵੀ ਹੁੰਦਾ ਹੈ, ਜਿਵੇਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ, ਉਹ ਧਾਰਮਿਕ ਵੀ ਹੈ ਅਤੇ ਨਾਲ ਸਿਆਸੀ ਵੀ ਹੈ, ਮੀਰੀ ਅਤੇ ਪੀਰੀ ਦੋਵਾਂ ਸੰਬੰਧ ਜੁੜਿਆ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਹੈ, ਇਹ ਸ਼ੇਖ ਵੀ ਉਹਨਾਂ ਦੇ ਵਿੱਚ ਹਨ। ਰਾਇਆ ਆਮ ਸ਼ਬਦ ਇਹ ਆਪਾਂ ਸੁਣਦੇ ਆਏ ਹਾਂ, ਰਾਏ ਸਾਹਿਬ ਕਹਿੰਦੇ ਹਨ, ਅਤੇ ਰਾਏ ਪਦਵੀ ਹੈ ਜਿਵੇਂ ਸਰਦਾਰ ਸਾਹਿਬ, ਚੌਧਰੀ ਸਾਹਿਬ, ਇਸ ਤਰ੍ਹਾਂ ਰਾਏ ਸਾਹਿਬ, ਰਾਇਆ ਰਾਏ ਰਾਇਆ ਜੋ ਹੈ ਰਾਜੇ ਨੂੰ ਵੀ ਕਹਿੰਦੇ ਹਨ, ਰਾਜੇ ਛੋਟੇ ਹੁੰਦੇ ਹਨ, ਬਾਦਸ਼ਾਹ ਕਈਆਂ ਰਾਜਿਆਂ ਦੇ ਉੱਤੋਂ ਦੀ ਹੁੰਦਾ ਹੈ, ਜਾਂ ਬਾਦਸ਼ਾਹ ਹੁੰਦਾ ਹੈ ਜਾਂ ਬਾਦਸ਼ਾਹ ਹੁੰਦਾ ਹੈ, ਉਹ ਇਹਨਾਂ ਤੋਂ ਉੱਚੀ ਪਦਵੀ, ਉਹਦੇ ਅਧੀਨ ਕਈ ਰਾਜੇ ਹੁੰਦੇ ਹਨ, ਉਸਨੂੰ ਇਹ ਮਾਵਦਾ ਕਰਦੇ ਹਨ, ਫਿਰ ਰਾਜ ਕਰਦੇ ਹਨ। ਮਾਰੇ ਕਹਿੰਦੇ ਕਿ
ਚਾਹੇ ਪੀਰਾਂ ਨੂੰ ਵੇਖ ਲਓ, ਚਾਹੇ ਸ਼ੇਖਾਂ ਨੂੰ ਵੇਖ ਲਓ, ਚਾਹੇ ਰਾਜਿਆਂ ਨੂੰ ਦੇਖ ਲਓ, ਇਹ ਆਖਰ ਜ਼ਮੀਨ ਦੇ ਥੱਲੇ ਹੀ ਜਾਂਦੇ ਹਨ। ਹਮ ਜ਼ੇਰ ਜ਼ਮੀਨ, ਦੁਨੀਆ ਦੁਨੀਆ ਦੇ ਵਿੱਚ ਜਿੰਨੇ ਵੀ ਹੋਏ ਹਨ, ਇਹ ਵਗੇ ਵਗੇ ਇਹ ਜ਼ਮੀਨ ਦੇ ਥੱਲੇ ਹੀ ਜਾਂਦੇ ਹਨ। ਪਾਪ ਮੁਸਲਮਾਨਾਂ ਵੀ ਦੱਬ ਦਿੰਦੇ ਹਨ ਗੁਰਦੇ ਨੂੰ, ਜਦੋਂ ਪੀਰ ਮਰਦਾ ਉਹਨੂੰ ਵੀ ਮਿੱਟੀ ਦੱਬ ਦਿੰਦੇ ਹਨ, ਜੇ ਸ਼ੇਖ ਮਰੇ ਉਹਨੂੰ ਵੀ, ਜੇ ਰਾਜਾ ਮਰੇ ਉਹਨੂੰ ਵੀ ਮਿੱਟੀ ਦੱਬ ਦਿੰਦੇ ਹਨ। ਸੋ ਜਿਸ ਮਿੱਟੀ ਦੇ ਉੱਤੇ ਇਨਸਾਨ ਤੁਰਦਾ ਹੈ, ਉਹ ਮਿੱਟੀ ਦੇ ਥੱਲੇ ਉਸਨੂੰ ਕਰ ਦਿੱਤਾ ਜਾਂਦਾ ਹੈ। ਆਪਣੇ ਜਿਹੜਾ ਇੱਧਰ ਹੈ ਸਾੜ ਦਿੰਦੇ ਹਨ, ਅੱਗ ਲਾ ਦਿੰਦੇ ਹਨ, ਜਾਂ ਨਦੀ ਵਿੱਚ ਜਿਹੜਾ ਹੈ ਪ੍ਰਵਾਹ ਕਰ ਦਿੰਦੇ ਹਨ। ਉਹ ਨਦੀ ਦੇ ਵਿੱਚ ਉੱਥੇ ਫਿਰ ਜੀਵ ਜੰਤੂ ਜਿਹੜੇ ਨਦੀਆਂ ਵਿੱਚ ਹੁੰਦੇ, ਉਸਦੇ ਸਰੀਰ ਨੂੰ ਖਾ ਲੈਂਦੇ ਹਨ, ਸਾਰਾ ਖਤਮ ਹੋ ਜਾਂਦਾ ਹੈ। ਮਿੱਟੀ ਦੇ ਵਿੱਚ ਵੀ ਜਿਹੜੇ ਜੀਵ ਹਨ ਉਹ ਖਾ ਲੈਂਦੇ ਹਨ ਉਸਦੇ ਸਰੀਰ ਨੂੰ। ਇੱਥੇ ਸਾਡੇ ਜ਼ਿਆਦਾ ਜਿਹੜਾ ਸੰਸਕਾਰ ਕਰਨ ਦਾ ਹੈ ਅੱਗ ਦੇ ਨਾਲ, ਅਗਨ ਦਾ ਹੱਕ ਕਰਨਾ ਜਿਹੜਾ ਹੈ। ਸੋ ਇਹ ਵੀ ਜਿਹੜਾ ਹੈ ਇੱਕ ਸਵਾਹ ਬਣ ਜਾਂਦੀ ਹੈ, ਹੱਡੀਆਂ ਵੀ ਚੁੱਕ ਕੇ ਸੁੱਟ ਦਿੰਦੇ ਹਨ। ਕਹਿੰਦੇ ਵੇਖ ਲਓ ਦੁਨੀਆ 'ਚ ਇੱਕ ਪੀਰ ਸੀ, ਚਾਹੇ ਕੋਈ ਸ਼ੇਖ ਸੀ, ਚਾਹੇ ਕੋਈ ਰਾਜ, ਚਾਹੇ ਕੋਈ ਹੋਰ ਇਸ ਤਰ੍ਹਾਂ ਦੇ ਵਿੱਚ ਉਹਦੇ ਵਾਲਾ, ਇਹ ਸਾਰੇ ਹੀ ਖਤਮ ਹੋ ਜਾਂਦੇ ਹਨ। ਪਾਪ ਸਦਾ ਨਹੀਂ ਰਹਿਣ ਵਾਲੇ। ਮੇਰ ਅਵਦ ਬਾਦਸ਼ਾਹ, ਮੇਰ ਅਵਦ ਇਹ ਵੀ ਨਾਸ਼ਵੰਤ ਹਨ। ਮੇਰ ਅਵਦ ਦਾ ਇਕੱਠੇ ਦਾ ਅਰਥ ਹੈਗਾ ਕਿ ਇਹ ਵੀ ਰਹਿਣ ਵਾਲੇ ਨਹੀਂ ਹਨ। ਬਾਦਸ਼ਾਹ ਜਿਹੜੇ ਹਨ ਇਹ ਵੀ ਰਹਿਣ ਵਾਲੇ ਨਹੀਂ ਹਨ। ਅਫਜ਼ਲ ਖੁਦਾਏ, ਅਫਜ਼ਲ ਰਹਿਣ ਵਾਲਾ ਕੌਣ ਹੈ? ਕੇਵਲ ਖੁਦਾ। ਪੀਰ ਨਾਲ ਗੱਲ ਹੋ ਰਹੀ ਨਾ, ਇਸ ਕਰਕੇ ਖੁਦਾ ਸ਼ਬਦ ਵਰਤਿਆ। ਸਾਡੇ ਇੱਥੇ ਜਿਹੜਾ ਸ਼ਬਦ ਹੈ ਉਹ ਗੋਬਿੰਦ ਰਾਮ ਜਾਂ ਇਹ ਸ਼ਬਦ ਵਰਤੇ ਜਾਂਦੇ ਹਨ ਸਾਡੇ ਦੇਸ਼ ਦੇ ਵਿੱਚ। ਚਲੋ ਪੰਡਤਾਂ ਨਾਲ ਗੱਲ ਹੋਈ ਤਾਂ ਇੱਥੇ ਉਹ ਸ਼ਬਦ ਵਰਤੇ ਹਨ ਪਰਮੇਸ਼ਰ ਦੇ ਵਾਸਤੇ। ਇੱਕ ਤੋਂ ਹੀ ਇੱਕ ਤੋਂ ਹੀ ਹੇ ਵਾਹਿਗੁਰੂ, ਰਹਿਣ ਵਾਲਾ ਸਦਾ ਤੂੰ ਇਕੱਲਾ ਹੀ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰੰਕਾਰ ਤੂੰ ਸਦਾ ਹੀ ਸਲਾਮਤ ਹੈ। ਸਭ ਕੁਛ ਨਾਸ਼ ਹੋ ਜਾਂਦਾ ਹੈ ਲੇਕਿਨ ਵਾਹਿਗੁਰੂ ਪਰਮੇਸ਼ਰ ਕਦੇ ਨਹੀਂ ਮੰਨਦਾ। ਨਾ ਉਹ ਮਰੇ ਨਾ ਹੋਵੇ, ਸੋ ਨਾਸ਼ ਨੂੰ ਜਿੰਦਾ ਹੈ। ਸੋ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕੀਤੀ ਹੈ ਤੇ ਸੰਸਾਰੀ ਜੀਵਾਂ ਨੂੰ ਨਾਸ਼ਵੰਤ ਦਰਸਾਇਆ। ਮਹਿਲਾ ਪਹਿਲਾ, ਨਾ ਦੇਵ ਦਾਨਵਾਰ ਨਰਾ, ਨਾ ਸਿੱਧ ਸਾਧ ਕਰਤਾ। ਹੁਣ ਹਿੰਦੁਸਤਾਨ 'ਚ ਆ ਗਏ, ਮਤਲਬ ਸਾਡੇ ਦੇਸ਼ ਦੇ ਵਿੱਚ, ਇੱਥੇ ਦੇਵਤਿਆਂ ਨੂੰ ਮੰਨਦੇ ਹਨ। ਦਾਨਵ ਰਾਕਸ਼ਾਂ, ਰਾਕਸ਼ ਜਿਹੜੇ ਰਾਕਸ਼ ਵਿਅਕਤੀ ਵਾਲੇ ਹਨ, ਨਰਾ ਮਨੁੱਖ। ਨਾ ਹੀ ਦੇਵਤੇ ਰਹਿੰਦੇ ਹਨ, ਨਾ ਹੀ ਦਾਨਵ ਰਹਿੰਦੇ ਹਨ, ਅਤੇ ਨਾ ਹੀ ਮਨੁੱਖ ਰਹਿੰਦੇ ਹਨ। ਭਾਵੇਂ ਵੀ ਨਾਸ ਹੁੰਦੇ, ਇਹਨਾਂ 'ਤੇ ਵੀ ਮੌਤ ਹੁੰਦੀ ਹੈ। ਸਭ ਨਾਲ ਮਰਨ ਆਇਆ ਵਿਛੋੜਾ ਸਭ, ਇਹ ਧੁਰਤੋਂ ਹੀ ਲਿਖਿਆ ਹੋਇਆ। ਜਿਸ ਬੰਦੇ ਨੂੰ ਵਾਹਿਗੁਰੂ, ਜਿਸ ਜੀਵ ਨੂੰ ਭੇਜਿਆ ਸਾਜ, ਉਹਦੀ ਮੌਤ ਕਰ ਹੈ, ਔਰ ਜਿੰਨੇ ਸਵਾਸ ਉਹਨੇ ਲਿਖੇ ਹਨ ਉਸਨੂੰ ਕੋਈ ਇੱਕ ਵੀ ਵਧਾ ਨਹੀਂ ਸਕਦਾ, ਘਟਾ ਵੀ ਨਹੀਂ ਸਕਦਾ। ਨਾ ਇਨਸਾਨ ਆਪਣੀ ਮਰਜ਼ੀ ਨਾਲ ਮਰ ਸਕਦਾ ਹੈ, ਨਾ ਹੀ ਜਿਉਂਦਾ ਰਹਿ ਸਕਦਾ। ਇਹ ਦੋਵੇਂ ਗੱਲਾਂ ਜਿਹੜੀਆਂ ਹਨ ਇਹ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹਨ। ਇੱਥੇ ਮਹਾਰਾਜ ਨੇ ਸਮਝਾਇਆ ਹੈ ਕਿ ਵੇਖ ਲਓ ਦੇਵ ਦੇ ਦਾਨ ਅਤੇ ਮਨੁੱਖ ਜਿਹੜੇ ਹਨ ਇਹ ਵੀ ਨਹੀਂ ਰਹਿੰਦੇ, ਨਾ ਸਿੱਧ ਸਾਧਕਾ ਦਾ, ਨਾ ਹੀ ਸਿੱਧ ਅਤੇ ਸਾਧਕਾ ਸਾਧਨਾ ਕਰਨ ਵਾਲੇ। ਇਹ ਸਾਰੇ ਹਿੰਦੀ ਸ਼ਬਦ ਆ ਗਏ, ਇੱਥੇ ਹਿੰਦੀ ਦੇ ਸ਼ਬਦ ਆ। ਉੱਥੇ ਜਦੋਂ ਪੀਰ ਦੇ ਨਾਲ ਗੱਲ ਹੋਈ ਹੈ ਉੱਥੇ ਅਰਬੀ ਭਾਸ਼ਾ ਦੇ ਸ਼ਬਦ ਆਉਂਦੇ ਹਨ। ਕਹਿੰਦੇ ਕਿ ਨਾ ਦੇਵਤੇ ਰਹਿੰਦੇ ਹਨ, ਨਾ ਦਾਨਵ ਰਹਿੰਦੇ ਹਨ, ਨਾ ਨਾਰ ਮਨੁੱਖ ਰਹਿੰਦੇ ਹਨ। ਇਸੇ ਤਰ੍ਹਾਂ ਸਿੱਧੀਆਂ ਪ੍ਰਾਪਤ ਕਰਨ ਵਾਲੇ ਸਿਰ ਉੱਗੇ ਹੋਏ ਯੋਗੀ ਜਿਹੜੇ ਹਨ, ਜਿਹੜੇ ਬੜੀ ਲੰਬੀ ਉਮਰ ਯੋਗ ਸਾਧਨਾ ਨਾਲ ਕਰ ਲੈਂਦੇ ਹਨ, ਆਪਣੇ ਪ੍ਰਾਣਾਂ ਨੂੰ ਦਸਵੇਂ ਦੁਆਰੇ ਟਿਕਾ ਕੇ ਹਜ਼ਾਰਾਂ ਸਾਲ ਜਿਉਂਦੇ ਰਹਿੰਦੇ ਹਨ। ਸੋ ਅਜਿਹੇ ਲੋਕ ਵੀ ਜਿਹੜੇ ਹਨ ਉਹ ਸਦਾ ਜਿਉਂਦੇ ਨਹੀਂ ਰਹਿ ਸਕਦੇ, ਅੰਤ ਉਹਨਾਂ ਦਾ ਵੀ। ਇਸੇ ਤਰ੍ਹਾਂ ਸਾਧਨਾ ਕਰਨ ਵਾਲੇ ਜਿੰਨੇ ਹਨ ਧਰਾ ਧਰਤੀ ਦੇ ਉੱਤੇ, ਇਹ ਕੋਈ ਵੀ ਸਦਾ ਰਹਿਣ ਵਾਲਾ ਨਹੀਂ ਹੈ। ਅਸਤ ਏਕ ਦਿਗਰ ਕੋਈ, ਵਾਹਿਗੁਰੂ ਪਰਮੇਸ਼ਰ ਹੀ ਇਕੱਲਾ ਸਤ ਹੈ, ਪਰ ਰਹਿਣ ਵਾਲਾ ਹੈ, ਉਹ ਨਹੀਂ ਨਾਸ ਹੁੰਦਾ ਹੈ। ਦਿਗਰ ਕੋਈ ਹੋਰ ਕੋਈ ਨਹੀਂ, ਹੋਰ ਜੋ ਕੁਛ ਵੀ ਦ੍ਰਿਸ਼ਟਮਾਨ ਹੈ ਸਗਲ ਮਥੇ ਨਾ ਹਾਲੇ ਦਾ ਵਜਨ ਹੈ,
ਜੋ ਕੁਛ ਆਪਾਂ ਦੇਖ ਰਹੇ ਹਾਂ ਜੋ ਕੁਝ ਉਸ ਬਿਨਸ ਹੈ ਪਰ ਉਹ ਆਜ ਕਾ ਕਾਲ ਇਹਦਾ ਅੰਤ ਹੈ ਜਿਹੜੀ ਚੀਜ਼ ਵੇਖ ਰਹੇ ਦਾ ਅੰਤ ਹੈ ਇੱਕ ਤੋਏ ਇੱਕ ਤੋਏ ਕੇਵਲ ਰਹਿਣ ਵਾਲਾ ਹੈ ਵਾਹਿਗੁਰੂ ਤੂੰ ਹੀ ਤੂੰ ਹੈ ਹੋਰ ਕੋਈ ਨਹੀਂ ਹੈ ਪਹਿਲਾਂ ਪਹਿਲਾਂ ਨਾ ਦਾਦੇ ਰਹਿਣ ਦਾ ਆਦਮੀ ਨਾ ਸਬਦ ਜੇ ਜਿਮੀ ਇਹ ਫਿਰ ਕੋਈ ਫਾਰਸੀ ਭਾਸ਼ਾ ਦੇ ਸ਼ਬਦ ਆ ਗਏ ਦਾਦੇ ਦਾਨ ਦੇਣ ਵਾਲੇ ਦਾਦੇ ਨਿਆਂ ਕਰਨ ਵਾਲਿਆਂ ਨੂੰ ਵੀ ਆ ਜਾਂਦਾ ਹੈ ਦੇਹੰਦ ਦਾਤੇ ਦੇਣ ਵਾਲੇ ਆਦਮੀ ਅਜਿਹੇ ਸੰਸਾਰ ਵਿੱਚ ਜਿਹੜੇ ਦੂਜਿਆਂ ਦੇ ਫੈਸਲੇ ਕਰਦੇ ਸਨ ਜੱਜ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਉਹ ਵੀ ਨਹੀਂ ਰਹਿੰਦੇ ਹਨ ਉਹਨਾਂ ਵਾਸਤੇ ਮੌਤ ਹੈ ਭਾਵੇਂ ਜੱਜ ਕਿਸੇ ਨੂੰ ਮੌਤ ਦੀ ਸਜ਼ਾ ਦੇ ਦਿੰਦਾ ਹੈ ਪਰ ਉਹ ਆਪ ਵੀ ਉਹਦੀ ਮੌਤ ਹੈ ਇਹ ਨਹੀਂ ਹੈ ਕਿ ਉਹਨੇ ਜਿਉਂਦੇ ਰਹਿਣਾ ਦੇਹੰਦ ਦਾਨ ਦੇਣ ਵਾਲੇ ਬੜੇ ਬੜੇ ਦਾਤੇ ਹੋਏ ਇੱਥੇ ਜਿਹੜੇ ਬੜੇ ਬੜੇ ਜੱਗ ਕਰਦੇ ਸਨ ਸੋ ਉਹ ਵੀ ਨਹੀਂ ਰਹਿਣ ਵਾਲੇ ਨਾ ਸਬਦ ਜ਼ੇਰ ਜ਼ਿਮੀ ਜ਼ੇਰ ਜਿਵੇਂ ਇੱਥੇ ਵੀ ਪੈਰ ਬਿੰਦੀ ਲਗੇ ਜ਼ਿਮੀ ਨਾ ਇਹ ਸੱਤ ਪਾਤਾਲ ਸਬਦ ਜ਼ੇਰ ਹੇਠਾਂ ਜਿਵੇਂ ਜ਼ਮੀਨ ਦੇ ਥੱਲੇ ਜਿਹੜੇ ਸੱਤ ਪਾਤਾਲ ਮੰਨੇ ਗਏ ਹਨ ਇਸਲਾਮ ਦੇ ਵਿੱਚ ਸੱਤ ਆਕਾਸ਼ ਅਤੇ ਸੱਤ ਪਾਤਾਲ ਹਨ ਚੌਦਾਂ ਤਰਫ ਉਹਨਾਂ ਮੰਨੇ ਹਨ ਮੰਨ ਕਿ ਸੱਤ ਧਰਤੀਆਂ ਹਨ ਸੱਤ ਥੱਲੇ ਹਨ ਇਸ ਤਰ੍ਹਾਂ ਉਹਨਾਂ ਨੇ ਮੰਨਿਆ ਚੌਦਾਂ ਤਰਫ ਮੰਨੇ ਹਨ ਗੁਰਮੁਖ ਜਿਹੜੇ ਲੱਖਾਂ ਦੀ ਗੱਲ ਕੀਤੀ ਹੈ ਇੱਥੇ ਅੰਤ ਨਹੀਂ ਹੈ ਲੱਖ ਪਾਤਾਲ ਦੇ ਜਿਹੜੇ ਆਕਾਸ਼ ਹਨ ਇਹਨਾਂ ਦਾ ਕੋਈ ਅੰਤ ਨਹੀਂ ਗੁਰੂ ਮਹਾਰਾਜ ਨੇ ਸਮਝਾਇਆ ਜਪੁਜੀ ਸਾਹਿਬ ਦੇ ਮਹਾਰਾਜ ਕਹਿੰਦੇ ਕਿ ਦੇਖ ਲਓ ਇਹ ਜਿਹੜੇ ਪਾਤਾਲ ਹਨ ਜਾਂ ਆਕਾਸ਼ ਹਨ ਇਹ ਵੀ ਨਹੀਂ ਰਹਿੰਦੇ ਜਿਹੜੇ ਧਰਤੀ ਦੇ ਥੱਲੇ ਆਕਾਸ਼ ਹਨ ਉਹ ਵੀ ਖਤਮ ਹੋਣ ਵਾਲੇ ਪਰ ਧਰਤੀ ਦੇ ਥੱਲੇ ਵੀ ਸਭ ਕੁਝ ਖਤਮ ਹੋਣ ਵਾਲਾ ਹੈ ਉੱਪਰ ਵੀ ਖਤਮ ਹੋਣ ਵਾਲਾ ਹੈ ਅਤੇ ਧਰਤੀ ਵੀ ਖਤਮ ਹੋਣ ਵਾਲੀ ਹੈ ਅਸ ਤੇਗ ਦੇਰ ਕੋਈ ਹੇ ਵਾਹਿਗੁਰੂ ਸਦਾ ਰਹਿਣ ਵਾਲਾ ਕੇਵਲ ਤੂੰ ਹੀ ਹੈ ਦੇਰ ਕੋਈ ਹੋਰ ਕੋਈ ਨਹੀਂ ਹੈ ਇੱਕ ਤੋਏ ਇੱਕ ਤੋਏ ਇੱਕ ਤੂੰ ਹੀ ਹੈ ਤੂੰ ਹੀ ਸਦਾ ਸਲਾਮਤ ਹੈ ਤੇਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਮਹਿਲਾ ਪਹਿਲਾ ਨਾ ਸੂਰ ਸੱਚ ਮੰਡਲ ਹੋ ਨਾ ਸਬਦ ਦੀਪ ਨਹਿ ਜਨ ਸੂਰ ਸੂਰਜ ਨੂੰ ਕਿਹਾ ਹੈ ਸੱਸ ਚੰਦਰਮਾ ਨੂੰ ਕਿਹਾ ਮੰਡਲ ਇਹ ਤਾਰਿਆਂ ਦਾ ਮੰਡਲ ਹੈ ਆਕਾਸ਼ ਜਿਹੜਾ ਹੈ ਇਹ ਵੀ ਰਹਿਣ ਵਾਲੇ ਨਹੀਂ ਹਨ ਸੂਰਜ ਵੀ ਖਤਮ ਹੋ ਰਿਹਾ ਹੈ ਐਸਾ ਕਹਿ ਰਹੇ ਹਨ ਮਹਾਰਾਜ ਨੇ ਬਹੁਤ ਪਹਿਲਾਂ ਕਹਿ ਦਿੱਤਾ ਹੈ ਕਿ ਸੂਰਜ ਵੀ ਘਟਦਾ ਜਾ ਰਿਹਾ ਹੈ ਚੰਦਰਮਾ ਵੀ ਘਟ ਰਿਹਾ ਹੈ ਧਰਤੀ ਵੀ ਘਟ ਰਹੀ ਹੈ ਹਰ ਚੀਜ਼ ਹੀ ਘਟ ਰਹੀ ਹੈ ਇਹ ਮੰਡਲ ਇਹ ਤਾਰਿਆਂ ਦਾ ਮੰਡਲ ਵੀ ਜਿਹੜਾ ਇਹ ਵੀ ਨਾਸਵੰਤ ਹੈ ਨਾ ਸੱਤ ਦੀਪ ਨਹਿ ਜਦੋਂ ਸੱਤ ਦੀਪ ਜਿਹੜੇ ਮੰਨੇ ਗਏ ਹਨ ਟਾਪੂ ਜਿਹਨਾਂ ਨੂੰ ਕਹਿੰਦੇ ਹਨ ਸਮੁੰਦਰ ਦੇ ਵਿੱਚ ਇਹ ਵੀ ਨਾਸਵੰਤ ਹਨ ਜਲ ਵੀ ਨਾਸਵੰਤ ਹੈ ਜਲ ਵੀ ਖਤਮ ਹੋ ਰਿਹਾ ਹੈ ਔਰ ਕਦੇ ਜਾ ਕੇ ਜਿਹਨੂੰ ਪਰਲੋ ਦਾ ਦਿਨ ਕਿਹਾ ਇਸਲਾਮ ਦੇ ਵਿੱਚ ਉਹਨਾਂ ਨੂੰ ਜਾ ਕੇ ਸਾਰਾ ਧਰਮ ਹੋ ਜਾਏਗਾ ਅੰਨ ਪਾਉਣ ਥਿਰ ਨਾ ਕੋਈ ਨਾ ਤਾਂ ਅੰਨ ਅਤੇ ਨਾ ਹੀ ਪਾਉਣ ਹਵਾ ਇਹ ਵੀ ਨਾਸਵੰਤ ਹਨ ਇਹ ਵੀ ਖਤਮ ਹੋਣੇ ਪਾਉਣ ਵਾਲੇ ਭਾਵ ਇਹ ਵੀ ਇਸ ਤਰ੍ਹਾਂ ਰਹਿਣ ਵਾਲੇ ਨਹੀਂ ਦੇਖੋ ਜਿਵੇਂ ਹੁਣ ਪ੍ਰਦੂਸ਼ਣ ਹੋ ਰਿਹਾ ਹੈ ਇਸ ਪ੍ਰਦੂਸ਼ਣ ਦਾ ਮਤਲਬ ਇੱਕ ਹਵਾ ਖਤਮ ਹੋ ਰਹੀ ਹੈ ਹਵਾ ਦਾ ਜਿਹੜਾ ਅਸਲੀ ਤੱਤ ਹੈ ਆਕਸੀਜਨ ਹੈ ਉਹ ਖਤਮ ਹੋ ਰਿਹਾ ਹੈ ਇਹਦੇ ਦੂਜੀਆਂ ਗੈਸਾਂ ਜ਼ਿਆਦੀਆਂ ਵੱਧਦੀਆਂ ਜਾ ਰਹੀਆਂ ਇਨਸਾਨ ਦੀਆਂ ਸ਼ਤਾਬਦੀਆਂ ਲੈ ਕੇ ਸੋ ਇਸ ਤਰ੍ਹਾਂ ਸਭ ਕੁਝ ਖਤਮ ਹੋ ਜਾਂਦਾ ਹੈ ਜਿੰਨੇ ਰੇਗਿਸਤਾਨ ਬਣੇ ਹੋਏ ਹਨ ਇਸ ਦੁਨੀਆ ਦੇ ਉੱਤੇ ਸਾਰੇ ਦੇਖੋ ਤੇ ਕੋਈ ਸਮਾਂ ਸੀ ਜਦੋਂ ਉੱਥੇ ਜਲ ਵੀ ਸੀ ਪਰ ਹੁਣ ਉਹ ਰੇਤ ਹੀ ਰੇਤ ਦਿਸਦੀ ਹੈ ਜਿੱਥੇ ਰੇਤ ਹੈ ਤਾਂ ਮਤਲਬ ਉੱਥੇ ਜਲ ਜ਼ਰੂਰ ਹੋਏਗਾ ਜਲ ਦੇ ਵਿੱਚ ਹੀ ਰੇਤ ਹੁੰਦੀ ਹੈ ਵਾਹਿਗੁਰੂ ਪਹਿਲਾ ਪਹਿਲਾ ਨਾ ਰਿਜ਼ਕ ਦਸਤਾਨ ਕਸੇ ਰਿਜ਼ਕ ਰੋਜ਼ੀ ਅਰਬੀ ਭਾਸ਼ਾ ਦੇ ਸ਼ਾਸਤਰ ਦਸਤ ਹੱਥ ਆਮ ਕਸੇ ਜੀਵਾਂ ਦੀ ਰੋਜ਼ੀ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਹੈ ਵਾਹਿਗੁਰੂ ਦੇ ਹੱਥ ਵਿੱਚ ਸਾਡੇ ਕੀ ਮੰਨਦੇ ਹੈ ਕਿ ਬ੍ਰਹਮਾ ਪੈਦਾ ਕਰਦਾ ਹੈ ਅਤੇ ਵਿਸ਼ਨੂੰ
ਦੇ ਹੱਥ ਵਿੱਚ ਰੋਜ਼ੀ ਹੈ, ਜੀਵਾਂ ਨੂੰ ਰੋਜ਼ੀ ਹੋਣਾ ਹੈ। ਸ਼ਿਵ ਜੀ ਮੌਤ ਦਾ ਦੇਵਤਾ ਮਹਾਰਾਜ ਇੱਥੇ ਮੁਸਲਮਾਨਾਂ ਨੂੰ ਸਮਝਾ ਰਿਹਾ, ਸਾਨੂੰ ਵੀ ਸਮਝਾਇਆ ਗਿਆ, ਇੱਥੇ ਵੀ ਲੋਕਾਂ ਨੂੰ ਸਮਝਾਇਆ ਮਹਾਰਾਜ ਨੇ ਕਿ ਦੇਖੋ ਰਿਜ਼ਕ ਸਾਰਾ ਹੀ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ। ਹਮਾਰਾ ਏਕ ਆਸ ਵਸੇ, ਹਮਾਰਾ ਸਾਰੇ ਹੀ, ਹਮਾਰਾ ਸਾਰੇ ਹੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਭਰੋਸੇ ਦੇ ਜੀਵ ਵਸਦੇ ਹਨ। ਇਨਸਾਨ ਦੀ ਹਉਮੈ ਕਰਕੇ ਇਨਸਾਨ ਨੂੰ ਵਾਹਿਗੁਰੂ 'ਤੇ ਭਰੋਸਾ ਨਹੀਂ ਹੈ। ਇਹ ਕਹਿੰਦਾ ਹੈ ਪਤਾ ਨਹੀਂ ਕੀ ਹੋਏਗਾ, ਕੱਲ੍ਹ ਨੂੰ ਰੋਟੀ ਮਿਲੇਗੀ ਕਿ ਨਹੀਂ, ਪਰ ਪਰਮੇਸ਼ਰ ਜਿਹੜਾ ਹੈ ਉਹ ਸਭ ਵਾਸਤੇ, ਜਾਨ ਕੋ ਦੇ, ਅਜਾਨ ਕੋ ਦੇ, ਜ਼ਮੀਨ ਕੋ ਦੇ, ਜਮਾਨ ਕੋ ਦੇ, ਸਭ ਨੂੰ ਰੋਜ਼ੀ ਦੇ ਰਿਹਾ ਹੈ। ਕੋਈ ਅਜਿਹਾ ਨਹੀਂ ਹੈ ਜਿੱਥੇ ਵੀ ਕੋਈ ਹੈ, ਸੈਲ ਪੱਥਰ ਮੈਂ ਜਨਤ ਪਾਏ ਤਾਂ ਕਾਰਜ ਕਰਕੇ ਰੱਖਿਆ, ਪੱਥਰ ਵਿੱਚ ਜੀਵਨ ਨੂੰ ਪੈਦਾ ਕਰਕੇ ਉੱਥੇ ਵੀ ਰਿਸਕ ਉਹਨਾਂ ਦਾ ਪੈਦਾ ਕੀਤਾ ਹੈ। ਇਹਦਾ ਮਤਲਬ ਵੀ ਰੋਜ਼ੀ ਦਾ ਫਿਕਰ ਨਹੀਂ ਹੋਣਾ ਚਾਹੀਦਾ ਇਨਸਾਨ ਕਿ ਮੈਂ ਕੀ ਖਾਵਾਂਗਾ, ਇਹ ਵਾਹਿਗੁਰੂ ਪਰਮੇਸ਼ਰ ਨੇ ਪ੍ਰਬੰਧ ਕੀਤਾ ਹਰ ਇੱਕ ਜੀਵ ਦੇ ਵਾਸਤੇ ਕੀਤਾ ਹੈ। ਅਸਤੇਕ ਦਿਗਰ ਕੋਈ, ਵਾਹਿਗੁਰੂ ਜੀ ਤੁਸੀਂ ਸਦਾ ਰਹਿਣ ਵਾਲੇ ਹੋ, ਦਿਗਰ ਕੋਈ ਹੋਰ ਕੋਈ ਰਹਿਣ ਵਾਲਾ ਨਹੀਂ ਹੈ, ਇੱਕ ਦੋ ਹੀ, ਇੱਕ ਦੋ ਹੀ ਤੁਸੀਂ ਹੀ ਕੇਵਲ ਹੋ ਰਹਿਣ ਵਾਲੇ। ਮੈਂ ਲੱਭਿਆ ਪਰੰਦੇ ਨਾ ਗ੍ਰਹਿ ਜਾ ਜਾ ਕਹਿੰਦੇ ਹਨ ਤੁਹਾਨੂੰ, ਜਿਹਦੇ ਪੈਰ ਪਿੰਦੀ ਨਾ ਹੋਵੇ ਜਾ, ਪਰੰਦੇ ਪੰਛੀ ਜਿਹੜੇ ਹਨ ਦੇਖ ਲਓ ਇਹਨਾਂ ਦੇ ਕੋਲ ਧਨ ਦਾ ਭੰਡਾਰ ਨਹੀਂ ਹੁੰਦਾ, ਗ੍ਰਹਿ ਭੰਡਾਰ ਇਹਨਾਂ ਦੇ ਕੋਲ ਧਨ ਜਾਂ ਪਦਾਰਥ ਜੋੜੇ ਹੋਏ ਨਹੀਂ ਹੁੰਦੇ। ਦਰਖਤ ਆਸ ਕਰ ਕੇਵਲ ਪਾਣੀ ਅਤੇ ਦਰਖਤ ਹੀ ਆਸ ਦਿੰਦੇ ਰਹਿੰਦੇ, ਵੇਖੋ ਸਵੇਰੇ ਤੜਕੇ ਨਿਕਲ ਜਾਂਦੇ ਹਨ ਆਪਣਾ ਢਿੱਡ ਭਰ ਕੇ ਫਿਰ ਉੱਥੇ ਆ ਜਾਂਦੇ ਹਨ। ਵਾਹਿਗੁਰੂ ਦੇਹਾਂ ਦੱਸੇ ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਦਾਤਾ ਹੈ, ਪਾਲਣਾ ਵਾਲਾ ਹੈ, ਇੱਕ ਕੋਈ ਇੱਕ ਕੋਈ, ਵਾਹਿਗੁਰੂ ਜੀ ਤੁਸੀਂ ਹੀ ਕੇਵਲ ਰਹਿਣ ਵਾਲੇ ਹੋ, ਸਭ ਦੇ ਦਾਤੇ ਹੋ। ਪਹਿਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਏ, ਲਲਾਰ ਮੱਥਾ, ਜੋ ਕੁਝ ਵਾਹਿਗੁਰੂ ਨੇ ਇਨਸਾਨ ਦੇ ਮੱਥੇ 'ਤੇ ਲਿਖ ਦਿੱਤਾ ਹੈ, ਲਿਖ ਲਿਖੇ ਹੋਏ ਹਨ ਸਭ ਦੇ ਮੱਥੇ 'ਤੇ, ਜੋ ਕਿ ਜੀਵਨ 'ਚ ਹੋਣਾ ਹੈ, ਉਹ ਜਿਹੜੇ ਮਹਾਂਪੁਰਸ਼ ਹਨ ਉੱਚੀ ਅਵਸਥਾ ਦੇ ਸਿਮਰਨ ਜਿਹੜੇ ਹੈ, ਉਹ ਬੰਦੇ ਦੇ ਮੱਥੇ ਨੂੰ ਵੇਖ ਕੇ ਉਹਦਾ ਸਾਰਾ ਕੁਛ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਨੂੰ ਕਿ ਇਹ ਇਨਸਾਨ ਜਿਹੜਾ ਹੈ ਭਾਗ ਜਾ ਕੁਛ। ਸੋ ਮਹਾਰਾਜ ਕਹਿੰਦੇ ਕਿ ਗੁਰਨਾਨਕ ਪਾਤਸ਼ਾਹ ਨੇ ਦੇਖਦੇ ਰਹੇ ਮਹਾਰਾਜ ਕੋਲ ਜਿਹੜੇ ਆਉਂਦੇ ਰਹੇ, ਉਹ ਵੇਖ ਲੈਂਦੇ ਸੀ। ਹੁਣ ਵਿਧੀ ਚੰਦ ਆਇਆ ਜਦੋਂ ਚੋਰੀਆਂ ਕਰਦਾ ਸੀ, ਮਹਾਰਾਜ ਨੇ ਵੇਖ ਲਿਆ ਤਾਂ ਬੜਾ ਸੁਰਮਾ ਬੰਦਾ ਹੈ, ਆਉਣ ਵਾਲੇ ਸਮੇਂ 'ਚ ਬੜਾ ਕੰਮ ਆਵੇਗਾ। ਇਸੇ ਤਰ੍ਹਾਂ ਸੱਜਣ ਠੱਗ ਸੀ, ਘਬਰਾ ਰਾਕਸ਼ ਸੀ, ਭੂਮੀਆਂ ਚੋਰ ਸੀ, ਸਾਰਿਆਂ ਨੇ ਮਹਾਰਾਜ ਨੂੰ ਵੇਖ ਲਓ, ਉਹਨਾਂ ਦੇ ਮੱਥੇ ਪੜ ਰਹੇ ਨਾ ਪਹਿਲਾਂ, ਤਾਂ ਉਹਨਾਂ ਨੂੰ ਸਲਾਹ ਦਿੱਤਾ। ਮਹਾਰਾਜ ਕਹਿੰਦੇ ਵੇਖ ਨਾ ਸਾਹ ਕੇ ਕੋਈ, ਇਹਨੂੰ ਕੋਈ ਵੇਖ ਨਹੀਂ ਸਕਦਾ, ਜੋ ਲਿਖਿਆ ਹੈ ਇਹਨੂੰ ਕੋਈ ਦੁਨੀਆਂ ਦੀ ਕੋਈ ਤਾਕਤ ਨਹੀਂ ਇਹਨੂੰ ਵੇਖ ਸਕੇ, ਜੋ ਕੁਝ ਵਾਪਰਨਾ ਹੈ ਨਾ ਜੀਵਨ ਦੇ ਵਿੱਚ ਉਹਨੂੰ ਕੋਈ ਵਿਚਾਰ ਨਹੀਂ ਸਕਦਾ। ਕੋਈ ਅਜਿਹੀ ਚੀਜ਼ ਨਹੀਂ ਬਣੀ, ਸਾਇੰਸ ਕੋਲ ਵੀ ਨਹੀਂ ਬਣੀ ਹੈ, ਜਿਹੜੀ ਇਨਸਾਨ ਨੂੰ ਜੋ ਲਿਖਿਆ ਉਹਨੂੰ ਜਿਹੜਾ ਉਹਦੇ ਅਨੁਸਾਰ ਉਹਨੂੰ ਬਦਲ ਸਕੇ। ਕਲਾ ਧਰੈ ਹਿਰੈ ਸਿੰਘ, ਵਾਹਿਗੁਰੂ ਨੇ ਜੀਵਨ ਦੇ ਅੰਦਰ ਸਦਾ ਰੱਖੀ ਕਲਾ ਦਾ ਨਾ ਸ਼ਕਤੀ, ਆਪਣੀ ਸ਼ਕਤੀ ਰੱਖੀ, ਜਿਹਦਾ ਕਰਕੇ ਉਹ ਬੋਲਦੇ ਹਨ, ਸੁਣਦੇ ਹਨ, ਦੇਖਦੇ ਹਨ, ਤੁਰੇ ਫਿਰਦੇ ਹਨ, ਕੰਮ ਕਾਰ ਕਰਦੇ ਹਨ, ਇਹ ਉਹਦੀ ਕਲਾ ਦਾ ਕਰਕੇ ਹੈ। ਹਿਰੈ ਸਿੰਘ ਜਦੋਂ ਚਾਹੁੰਦਾ ਹੈ ਜੀਵਨ 'ਚ ਕਰ ਲੈਂਦਾ, ਔਰ ਉਹੀ ਸਰੀਰ ਨਾ ਦੇਖ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਬੋਲ ਸਕਦਾ ਹੈ, ਨਾ ਹੱਥ ਪੈਰ ਕੰਮ ਕਰਦੇ ਹਨ, ਐਂ ਵੇਖ ਲਓ ਮਿੱਟੀ ਦੀ ਢੇਰੀ ਬਣ ਜਾਂਦਾ ਹੈ, ਜਿਵੇਂ ਸੁੱਕੀ ਲੱਕੜ ਹੁੰਦੀ ਹੈ, ਇਹ ਜੇ ਹੁਣ ਜੇ ਉਹਨੂੰ ਮਰਜ਼ੀ ਧੱਕਾ ਦੇ ਕੇ ਐਂ ਕਰ ਲਓ, ਐਂ ਕਰ ਲਓ। ਮਹਾਰਾਜ ਕਹਿੰਦੇ ਇਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਾਰੀ ਹੀ ਤਾਕਤ ਹੈ। ਹੇ ਵਾਹਿਗੁਰੂ ਜੀ ਤੁਸੀਂ ਹੀ ਮੱਥੇ ਦੇ ਉੱਤੇ ਜੀਵਾਂ ਦੇ ਲੇਖ ਲੈਂਦੇ ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ, ਅਤੇ ਫਿਰ ਇਸ ਜਗਤ ਵਿੱਚ ਭੇਜ ਕੇ ਜਨਮ ਦੇ ਕੇ ਫਿਰ ਉਹਨਾਂ ਨੂੰ ਉਹਦੇ ਅਨੁਸਾਰ ਉਹ ਬਤਾਉਂਦੇ ਹੋ, ਉਹਨਾਂ ਦਾ ਲੇਖਾ ਜੋਖਾ ਕਰਦੇ ਹੋ। ਤੁਸੀਂ ਹੀ ਜੀਵਾਂ ਨੂੰ ਜਿਉਂਦਾ ਜਿਉਂਦਾ ਕਰਦੇ ਹੋ, ਤੁਸੀਂ ਹੀ ਮਾਰਨ ਵਾਲੇ ਹੋ, ਤੁਹਾਡੇ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਕੋਈ ਜਿਵੇਂ ਕਹਿੰਦੇ ਸ਼ਿਵ ਜੀ ਜਿਹੜਾ ਉਹ ਮਾਰਨ ਵਾਲਾ ਦੇਵਤਾ, ਮਾਰੇ ਕਹਿੰਦਾ ਨਹੀਂ ਕੋਈ ਨਹੀਂ,
ਮਾਫੀ ਦਾ ਸਮਾਂ ਹੋ ਗਿਆ ਸਤਿਗੁਰੂ ਕਿਰਪਾ ਕਰ ਪੌੜੀ ਦੀ ਵਿਚਾਰ ਕੱਲ੍ਹ ਸਰਵਣ ਕਰਾਂਗੇ ਉਹਨਾਂ ਕਿਤਨਾ ਵੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ